ਤਾਂ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਦੇਖੋ ਕਿਵੇਂ ਇਕੱਲਾ ਇਕੱਲਾ ਸਿੱਕਾ ਚੁੱਕ ਕੇ ਲੈ ਗਏ ਨੇ ਚੋਰ। ਪਹਿਲਾਂ ਗੁਰੂ ਘਰ ਦੀ ਗੋਲਕ ਇਹਨਾਂ ਦੇ ਵੱਲੋਂ ਤੋੜੀ ਜਾਂਦੀ ਹੈ। ਦੋ ਚੋਰ ਨੇ ਦਿਨ ਦਿਹਾੜੇ ਗੁਰੂ ਘਰ ਦੇ ਵਿੱਚ ਦਾਖਲ ਹੁੰਦੇ ਨੇ। ਦਰਅਸਲ ਦੁਪਹਿਰ ਦਾ ਵੇਲਾ ਹੁੰਦਾ ਹੈ, ਗੁਰੂ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਅਤੇ ਲੰਗਰ ਹਾਲ ਵਾਲੇ ਪਾਸਿਓਂ ਇਹ ਦੋਨੇ ਚੋਰ ਗੁਰੂ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਪੂਰੀ ਗੋਲਕ ਸਾਫ ਕਰਕੇ ਲੈ ਗਏ ਨੇ। ਦੱਸ ਦਈਏ ਗੋਲਕ ਦੇ ਵਿੱਚ ਪਏ ਸਿੱਕੇ ਵੀ ਇਹਨਾਂ ਨੇ ਇਕੱਲਾ ਇਕੱਲਾ ਸਿੱਕਾ ਚੁੱਕਿਆ ਹੈ। ਸਾਰੀ ਤਸਵੀਰਾਂ, ਇਹ ਸਾਰੀ ਘਟਨਾ CCTV ਦੇ ਵਿੱਚ ਕੈਦ ਹੋ ਗਈ ਹੈ। ਦੇਖ ਸਕਦੇ ਹੋ ਕਿ ਕਿਵੇਂ ਇਹ ਦੋਨੇ ਚੋਰ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਹੱਥ ਸਾਫ ਕਰ ਰਹੇ ਨੇ। ਦੇਖ ਸਕਦੇ ਹੋ ਕਿ ਕਿਵੇਂ ਸਿਰ ਦੋਨਾਂ ਨੇ ਢੱਕੇ ਹੋਏ ਨੇ, ਨੰਗੇ ਪੈਰ ਨੇ, ਗੁਰੂ ਘਰ ਦੇ ਅੰਦਰ ਆਉਂਦੇ ਨੇ, ਚੁੱਪਕੇ ਦੇ ਨਾਲ ਗੋਲਕ ਚੱਕਦੇ ਨੇ ਅਤੇ ਗੋਲਕ ਦੇ ਵਿੱਚੋਂ ਸਾਰਾ ਚੜਾਵਾ ਚੋਰੀ ਕਰਕੇ ਲੈ ਜਾਂਦੇ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਦੀਆਂ, ਜਿੱਥੇ ਸ਼੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਅਣਪਛਾਤੇ ਚੋਰ ਵੜਦੇ ਨੇ, ਵਿਅਕਤੀ ਵੜਦੇ ਨੇ। ਇਹਨਾਂ ਦੇ ਵੱਲੋਂ 12:30 ਦੇ ਕਰੀਬ, ਜਿਸ ਵੇਲੇ ਗੁਰੂ ਘਰ ਦੇ ਵਿੱਚ ਕੋਈ ਨਹੀਂ ਹੁੰਦਾ, ਉਸ ਵੇਲੇ ਚੋਰ ਗੁਰੂ ਘਰ ਦੇ ਵਿੱਚ ਦਾਖਲ ਹੁੰਦੇ ਨੇ। ਦਰਅਸਲ ਗੁਰੂ ਘਰ ਦੇ ਅੰਦਰ 5 ਤਾਲੇ ਲੱਗੇ ਹੋਏ ਸੀ, ਪਰ ਲੰਗਰ ਹਾਲ ਵਾਲੇ ਪਾਸਿਓਂ ਗੁਰੂ ਘਰ ਦੇ ਵਿੱਚ ਵੜਨ ਦਾ ਇੱਕ ਰਾਹ ਸੀ, ਪਰ ਇਹ ਗੁਰੂ ਘਰ ਦੀ ਕਮੇਟੀ ਦੇ ਲੋਕਾਂ ਨੂੰ ਹੀ ਪਤਾ ਸੀ। ਪਰ ਫਿਰ ਵੀ ਇਹ ਚੋਰ ਉਸ ਰਾਹ ਤੋਂ ਇਸ ਗੁਰੂ ਘਰ 'ਚ ਦਾਖਲ ਹੁੰਦੇ ਨੇ ਅਤੇ ਪੂਰੀ ਗੋਲਕ ਖਾਲੀ ਕਰਕੇ ਲੈ ਜਾਂਦੇ ਨੇ। ਗ੍ਰੰਥੀ ਦਾ ਕੀ ਕਹਿਣਾ ਹੈ ਗੁਰੂ ਘਰ ਦੇ, ਆਓ ਜਾਣਦੇ ਹੋਰ ਕੀ ਘਟਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਜੀ, ਕੱਲ੍ਹ ਅਸੀਂ ਨਗਰ ਦੇ ਵਿੱਚ ਕੰਮ ਗਏ ਸੀ, ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਸੀ। ਜਦੋਂ ਅਸੀਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹਾਂ, ਇੱਥੇ ਆਉਂਦਿਆਂ ਵੇਖਿਆ ਵੀ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਅਸੀਂ ਅੰਦਰ ਵੜੇ ਤਾਂ ਗੋਲਕ ਵੀ ਪਾਸੇ ਅਸੀਂ ਕੀਤੀ ਪਈ ਸੀ। ਸਾਨੂੰ ਸ਼ੱਕ ਹੋਇਆ ਵੀ ਇਹਦੇ ਵਿੱਚੋਂ ਕੋਈ ਨਾ ਕੋਈ ਚੋਰੀ ਹੋਏ ਆ। ਨਾਲ ਦੀ ਨਾਲ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੇਨਤੀ ਕੀਤੀ, ਉਹ ਨਾਲ ਦੀ ਨਾਲ ਇੱਥੇ ਆਣ ਕੇ ਸਾਰਾ ਜਾਇਜ਼ਾ ਲਿਆ। ਸੋ ਇਸ ਜੋ ਵੀ ਘਟਨਾ ਵਾਪਰੀ ਆ ਅਸੀਂ ਨਿਖੇਧੀ ਕਰਦੇ ਹਾਂ, ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਜਿਹੜੇ ਗਲਤ ਅਨਸਰ ਨੇ ਇਹਨਾਂ ਨੂੰ ਨੱਥ ਪਾਈ ਜਾਵੇ। ਸੋ ਸਾਨੂੰ ਵੀ ਸੇਫ ਕੀਤਾ ਜਾਵੇ, ਕਿਉਂਕਿ ਸਾਨੂੰ ਵੀ ਖਤਰਾ ਹੁੰਦਾ। ਪਹਿਲਾਂ ਜਿਹੜਾ ਸਾਡੇ 'ਤੇ ਇਹ ਜਿਹੜਾ ਇਲਜ਼ਾਮ ਲੱਗਦਾ, ਪਰ ਇਹ ਸਾਡੇ 'ਤੇ ਲੱਗਣਾ ਨਹੀਂ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ। ਤੋਂ ਤਾਂ ਪਹਿਲਾਂ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਰਾਜ ਸਿੰਘ, ਵਾਸੀ ਵੜਿੰਗ। ਕੱਲ੍ਹ ਜੋ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਵਾਪਰੀ ਹੈ, ਗੋਲਕ ਦੇ ਵਿੱਚੋਂ ਮਾਇਆ ਚੋਰੀ ਹੋਈ ਹੈ, ਅਸੀਂ ਇਸ ਦੀ ਬਹੁਤ ਹੀ ਨਿੰਦਾ ਕਰਦੇ ਹਾਂ। ਬਹੁਤ ਹੀ ਨਿੰਦਣਯੋਗ ਘਟਨਾ ਇਹ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹੋ ਜਿਹੀਆਂ ਜੋ ਚੋਰੀਆਂ ਪਿੰਡਾਂ ਦੇ ਵਿੱਚ ਹੁੰਦੀਆਂ, ਇਹਨਾਂ ਦੇ ਚੋਰਾਂ ਨੂੰ ਨੱਥ ਪਾਈ ਜਾਵੇ ਅਤੇ ਵੱਧ ਤੋਂ ਵੱਧ ਲੋਕਾਂ ਦਾ ਸਹਿਯੋਗ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।